ਫਤਿਹ। ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਬਾਬਾ ਗੁਜਰੀ ਜੀ ਦਾ ਦਰਗਾਹ ਜਾਣਾ, ਸਾਹਿਬਜ਼ਾਦਿਆਂ ਦਾ ਇੱਥੇ ਸੰਸਕਾਰ ਹੋਣ ਤੋਂ ਉਪਰੰਤ ਬਾਬਾ ਟੋਡਰ ਮੱਲ ਜੀ ਨੇ ਇੱਥੋਂ ਦੀਆਂ ਆਸਤੀਆਂ ਜਿਸ ਤਰ੍ਹਾਂ ਲੈ ਕੇ ਗਏ ਆਲੋਵਰਖ ਕਾਕੜੇ ਪਿੰਡ ਵਿੱਚ, ਉਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਹਰੇਕ ਸਾਲ ਦੀ ਤਰ੍ਹਾਂ ਆਲੋਵਰਖ ਮੰਜੀ ਸਾਹਿਬ ਤੋਂ ਨਗਰ ਕੀਰਤਨ ਸਾਜਦਾ ਹੈ ਅਤੇ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਪ੍ਰਧਾਨ ਜੀ ਨਾਲ ਹੋ ਕੇ ਸਾਰਿਆਂ ਦੀ ਅਗਵਾਈ ਵਿੱਚ ਇਹ ਆਸਤੀਆਂ ਉਸ ਤਰ੍ਹਾਂ ਜਾਂਦੀਆਂ ਜਿਸ ਤਰ੍ਹਾਂ ਸਾਹਿਬਜ਼ਾਦਾ ਟੋਡਰ ਮੱਲ ਜੀ ਨੇ ਪੁਜਾਈਆਂ ਸੀ, ਉਸ ਤਰ੍ਹਾਂ ਸਾਰੀਆਂ ਸਾਹਿਬਜ਼ਾਦਿਆਂ ਦੀਆਂ ਆਸਤੀਆਂ ਦਾ ਉਹੀ ਮਰਿਆਦਾ ਅਨੁਸਾਰ ਇੱਥੋਂ ਨਗਰ ਕੀਰਤਨ ਜਾਂਦਾ ਹੈ ਅਤੇ ਸਾਰਾ ਆਲੋਵਰਖ ਮੰਜੀ ਸਾਹਿਬ ਸ਼ਾਮ ਤੱਕ ਪਹੁੰਚਦਾ ਹੈ। ਸਾਰੀਆਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਸਤਿਕਾਰ ਕਰਦੀਆਂ, ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਨੇ ਚਾਹੀਦੇ ਹੈ, ਸਾਰੀਆਂ ਸੰਗਤਾਂ ਦਾ ਧੰਨਵਾਦ। ਜਿਹੜੇ ਸਾਰੀਆਂ ਸੰਗਤਾਂ ਨੇ ਨਗਰ ਕੀਰਤਨ ਸ਼ਾਮਲ ਹੋਣਾ ਹੈ, ਉਦੋਂ ਲੰਗਰ ਲੱਗੇ ਹੋਏ ਹਨ, ਸਾਹਿਬਜ਼ਾਦਿਆਂ ਦੀਆਂ ਆਸਤੀਆਂ ਆਲੋਵਰਖ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜਾ ਰਹੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਜੋ ਅਸੀਂ ਪਾਲਕ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ, ਸਿੰਘ ਸਾਹਿਬਾਨ ਅਨੰਦਪੁਰ ਸਾਹਿਬ ਤੋਂ ਆ ਕਰਕੇ ਪਹੁੰਚੇ ਨੇ, ਉਹਨਾਂ ਨੇ ਅਰਦਾਸ ਬੇਨਤੀ ਕੀਤੀ ਹੈ। ਸੋ ਪੰਜ ਪਿਆਰਿਆਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ, ਮਹਾਨ ਸ਼ਹੀਦੇ ਸ਼ਰਧਾ ਯਾਦਗਾਰ ਨਗਰ ਕੀਰਤਨ। ਇਹ ਤਕਰੀਬਨ 300 ਸਾਲਾ ਸ਼ਹੀਦੀ ਦਿਵਸ 2004 ਦੇ ਵਿੱਚ ਜਦੋਂ ਸਮੂਹ ਸਿੰਘ ਸੰਗਤਾਂ ਨੇ ਮਨਾਇਆ ਸੀ, ਉਦੋਂ ਤੋਂ ਬਾਬਾ ਨਾਰਾਇਣ ਸਿੰਘ ਜੀ ਹੋਣੀ ਉਹਨਾਂ ਨੇ ਇਹ ਨਗਰ ਕੀਰਤਨ ਤਕਰੀਬਨ ਸ਼ੁਰੂ ਕਰਾ ਕੇ ਇਸ ਨਗਰ ਕੀਰਤਨ ਦੇ ਵਿੱਚ ਚੜ੍ਹਾਈ ਕਰਕੇ ਸੀ। ਇਹ ਨਗਰ ਕੀਰਤਨ ਉਸ ਰੂਪ ਦੇ ਵਿੱਚ ਜਾ ਰਿਹਾ ਹੈ ਜਦੋਂ ਭਾਈ ਟੋਡਰਮੱਲ ਨੇ ਭਾਈ ਜੋਤ ਸਿੰਘ ਨੂੰ ਅਸਤ ਦੇ ਕਰਕੇ ਜਿਸ ਰਸਤੇ ਭੇਜਿਆ ਸੀ, ਇੱਥੋਂ ਤਰਖਾਣ ਮਾਜਰਾ ਅਤੇ ਭਾਸੋ ਨਾਭਾ ਕਾਕੜਾ ਹੋ ਕਰਕੇ ਭਵਾਨੀਗੜ੍ਹ ਅਤੇ ਪਿੰਡ ਆਲੋਵਰਖ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮ ਨੂੰ ਇਸ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ। ਇਸ ਦੇ ਵਿੱਚ ਸਮੂਹ ਪੰਥਕ ਲੀਡਰ ਅਤੇ ਸੰਤ ਮਹਾਂਪੁਰਸ਼ਾਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ। ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਅਤੇ ਸੰਗਤਾਂ ਬੜੀ ਸ਼ਰਧਾ ਨਾਲ ਆ ਜਾਂਦੇ, ਸਤਿਗੁਰੂ ਦੇ ਘੋੜੇ ਬੈਂਡ ਬਾਜੇ ਅਤੇ ਕੀਰਤਨੀਆ ਸਿੰਘ ਗਤਕਾਈ ਸਿੰਘ ਇਸ ਨਗਰ ਕੀਰਤਨ ਦੀ ਰੌਣਕ ਵਧਾ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਸਮੂਹ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਕੋਈ ਮਿਸਾਲ ਨਹੀਂ ਮਿਲਦੀ, ਇਸੇ ਤਰ੍ਹਾਂ ਹੀ ਸਮੂਹ